ਲੱਖ ਲੱਖ ਵਧਾਈ ਔਰ ਅੱਜ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਜੋ ਜਨਮ ਭੂਮੀ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਅੱਜ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਜੇਸ਼ ਮਹਾਜਨ ਜੀ ਰਜੇਸ਼ ਮਹਾਨ ਜੀ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਔਰ ਜ਼ਿਲ੍ਹੇ ਦੇ SSP ਸਾਹਿਬ ਔਰ ਐਡਮਿਨਿਸਟ੍ਰੇਸ਼ਨ ਦੇ ਪੂਰੇ ਅਫਸਰ ਸਾਹਿਬਾਨ ਅੱਜ ਜਿਹੜਾ ਇਹ ਸਾਈਕਲ ਰੈਲੀ ਕੱਢ ਰਹੇ ਆ, ਮੈਂ ਸਮਝਦਾ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਹਦੇ ਨਾਲ ਜਿੱਥੇ ਸ਼ਹੀਦ ਅਨੰਦ ਸਿੰਘ ਭਗਤ ਸਿੰਘ ਦੀ ਸੋਚ ਕਿ ਸਾਡਾ ਨੌਜਵਾਨ ਜਿਹੜਾ ਆ ਉਹਦੀ ਐਨਰਜੀ ਜਿਹੜੀ ਆ ਉਹ ਪੰਜਾਬ ਦੇ ਔਰ ਦੇਸ਼ ਦੇ ਉਹਦੀ ਜਿਹੜੀ ਤਰੱਕੀ ਲਈ ਲੱਗਣੀ ਚਾਹੀਦੀ ਆ, ਉਹਦੀ ਉੱਨਤੀ ਲਈ ਲੱਗਣੀ ਚਾਹੀਦੀ ਆ, ਮੈਂ ਸਮਝਦਾ ਕਿ ਇਹ ਬਹੁਤ ਵੱਡਾ ਉਪਰਾਲਾ। ਮੈਂ ਪੂਰੀ ਐਡਮਿਨਿਸਟ੍ਰੇਸ਼ਨ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਸ ਗੱਲ ਦੀ ਆਸ ਕਰਦਾ ਕਿ ਸਾਡੇ ਨੌਜਵਾਨ ਜਿਹੜੇ ਆ ਉਹ ਇਸ ਧਰਤੀ ਤੋਂ ਲਸ਼ਕਰ ਦੇ ਖਿਲਾਫ ਇੱਕ ਲੜਾਈ ਸ਼ੁਰੂ ਕਰਨਗੇ। ਇੱਕ ਵਾਰ ਫਿਰ ਸ਼ਹੀਦ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ। ਦਲਾਲੀ ਸਾਹਿਬ, SSP ਸਾਹਿਬ ਅਤੇ ਹੋਰ ਸਾਡੇ ਸਾਰੇ ਅਫਸਰ ਜਿਹੜੇ ਆਏ ਨੇ, ਸਭ ਦਾ ਦਿਲੋਂ ਧੰਨਵਾਦ ਕਰਦਾ। ਤੁਸੀਂ ਇਸ ਸਾਈਕਲ ਰੈਲੀ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਇਸ ਵਿੱਚ ਭਾਗ ਲੈ ਰਹੇ ਹੋ ਅਤੇ ਇਹ ਬਹੁਤ ਸੱਚੀ ਸ਼ਰਧਾਂਜਲੀ ਹੈ ਕਿ ਤੁਸੀਂ ਘੱਟੋ ਘੱਟ ਉੱਠ ਕੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਹੋ। ਕਿਉਂਕਿ ਅਕਸਰ ਤਿਆਰ ਹੋ ਕੇ ਸਵੇਰੇ ਸੈਲਫੀ ਖਿੱਚ ਕੇ ਮੇਰੇ ਲੋਕ ਤੇ ਬਾਤ ਕਰਦੇ ਨੇ, ਪਰ ਉਹਨਾਂ ਨੂੰ ਸ਼ਰਧਾਂਜਲੀ ਇਹ ਨਹੀਂ ਹੈ। ਆਪਾਂ ਉਰੇ ਆ ਕੇ ਜਿਹੜੇ ਨਸ਼ਿਆਂ ਦੇ ਖਿਲਾਫ ਅਤੇ ਜਿਹੜੀ ਸਿਹਤ ਦੇ ਲਈ ਅਤੇ ਚੰਗੇ ਸਮਾਜ ਦੀ ਸਹਾਈ ਕਰਨੀ ਹੈ, ਉਹ ਇਕੱਠੇ ਹੋ ਕੇ ਹੋ ਸਕਦੀ ਹੈ। ਅੱਜ ਇਹ ਸਾਈਕਲ ਰੈਲੀ ਹੈ ਅਤੇ ਕੱਲ੍ਹ ਨੂੰ ਉਦੋਂ ਹੀ ਅਸੀਂ ਮੁਆਵਜ਼ ਰੱਖਾਂਗੇ ਉਦੋਂ ਆਰਿਆ ਕੋਲ ਦਾ। ਕੱਲ੍ਹ ਸਵੇਰੇ 6:30 ਵਜੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਅੱਜ ਇਕੱਠੇ ਹੋ ਅਤੇ ਕੱਲ੍ਹ ਵੀ ਸਾਰੇ ਹੀ ਡਿਸਟ੍ਰਿਕਟ ਵਾਸੀਆਂ ਨੂੰ, ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਹਦੀ ਵਧਾਈ ਦਿੰਦਾ ਹਾਂ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਦਿਨ ਦਾ ਜਿਹੜਾ ਇਨਕਲਾਬ ਮੇਲਾ ਹੈ ਉਹਦੀ ITI ਗਰਾਊਂਡ ਦੇ ਵਿੱਚੋਂ ਸ਼ੁਰੂਆਤ ਹੋ ਰਹੀ ਹੈ। ਇੱਥੋਂ ਅਸੀਂ ਸਾਈਕਲਥੋਨ ਕਰਵਾ ਰਹੇ ਹਾਂ ਜਿਹਦੇ ਵਿੱਚ ਸਾਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ, ਬਹੁਤ ਹੀ ਸਕੂਲਾਂ ਦੇ ਵਿੱਚੋਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਲੋਕ ਇਕੱਠੇ ਹੋਏ ਨੇ ਅਤੇ ਅਸੀਂ ਇੱਥੋਂ ਸਾਈਕਲਥੋਨ ਰੈਲੀ ਦੀ ਜਿਹੜੀ ਆ ਉਹ ਸ਼ੁਰੂਆਤ ਕਰਾਂਗੇ। ਅਤੇ ਮੈਂ ਸਾਰੇ ਨਗਰ ਵਾਸੀਆਂ ਨੂੰ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਗੁਜ਼ਾਰਿਸ਼ ਕਰਦਾ ਕਿ ਜਿਹੜਾ ਖਟਕੜ ਕਲਾਂ ਵਿਖੇ 2 ਦਿਨ ਦਾ ਇਨਕਲਾਬ ਮੇਲਾ ਕਰਵਾਇਆ ਜਾ ਰਿਹਾ ਉਹਦੇ ਵਿੱਚ ਵੀ ਸਾਰੇ ਆ ਕੇ ਭਾਗ ਲੈਣ, ਸਾਨੂੰ ਭਰਵਾਂ ਹੁੰਗਾਰਾ ਦਿਓ। ਧੰਨਵਾਦ।